ਸਤਿਗੁਰੂ ਦੋਸਤੋ ਮੈਂ ਤੁਹਾਡਾ ਪੂਰਨ ਮਿੱਤਰ ਮੰਗਲ ਸਾਹਿਬ ਅੱਜ ਆਪਾਂ ਤੁਹਾਨੂੰ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ 'ਤੇ ਤਰਨ ਦਾ ਸਿੰਘ ਗੁਰਦੁਆਰਾ ਅਤੇ ਪੂਰੇ ਦਰਸ਼ਨ ਕਰਾਵਾਂਗੇ ਅਤੇ ਜਿਹੜੇ ਮੇਰੇ ਚੈਨਲ 'ਤੇ ਪਹਿਲੀ ਵਾਰੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰ ਦੱਸੋ ਕਿ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਵੀ ਆਪਾਂ ਆ ਚੁੱਕੇ ਹਾਂ ਤਰਨ ਤਾਰਨ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਕਿੰਨਾ ਸੋਹਣਾ ਗੁਰਦੁਆਰਾ ਤਰਨ ਤਾਰਨ ਜੀ ਦਾ ਸਰੋਵਰ ਗੁਰਦੁਆਰਾ ਸਾਹਿਬ ਦਾ ਅਤੇ ਆਪਾਂ ਗੁਰੂ ਘਰ ਸਾਹਿਬ ਮੱਥਾ ਟੇਕ ਲਿਆ ਆ ਅਤੇ ਹੁਣ ਆਪਾਂ ਦੇਖਦੇ ਹਾਂ ਲੰਗਰ ਹਾਲ ਕਿੱਧਰ ਵਾ। ਇਹ ਤਰਨ ਤਾਰਨ ਗੁਰਦੁਆਰਾ ਜੋ ਕਿ ਇਹਦਾ ਇਹ ਸਰੋਵਰ ਦੇਖੋ ਕਿੱਡਾ ਵੱਡਾ ਆ। ਅਤੇ ਆਪਾਂ ਤੁਹਾਨੂੰ ਹੁਣ ਲੈ ਜਾਂਦੇ ਹਾਂ ਲੰਗਰ ਹਾਲ ਵੱਲ ਅਤੇ ਲੰਗਰ ਹਾਲ ਦੇ ਵਿੱਚ ਆਪਾਂ ਦਿਖਾਵਾਂਗੇ ਲੰਗਰ ਚੱਲਦਾ ਅਤੇ ਨਾਲ ਦੇਖਾਂਗੇ ਚਾਹ ਚੱਲਦੀ ਅਤੇ ਵੀਡੀਓ 'ਤੇ ਬਣੇ ਰਹੋ। ਮੰਜੀ ਸਾਹਿਬ ਕਿੱਡਾ ਵੱਡਾ ਸਰੋਵਰ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਵਿੱਚ ਅਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਅਤੇ ਚੈਨਲ ਮੇਰੇ ਜ਼ਰੂਰ ਸਬਸਕ੍ਰਾਈਬ ਕਰੋ। ਜਿਹੜੇ ਪਹਿਲੀ ਵਾਰ ਮੇਰੇ ਚੈਨਲ 'ਤੇ ਆ ਜ਼ਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਤੁਹਾਨੂੰ ਸਾਰਾ ਹੀ ਇਸ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਅਤੇ ਵੀਡੀਓ 'ਤੇ ਬਣੇ ਰਹੋ। ਕਰੋ ਦਰਬਾਰ ਸਾਹਿਬ ਦਰਸ਼ਨ। ਅਸੀਂ ਸਭ ਤੋਂ ਪਹਿਲਾਂ ਇੱਧਰੋਂ ਕੀਤੀ ਐਂਟਰੀ ਇਸ ਦਰਵਾਜ਼ੇ ਰਾਹੀਂ, ਇਹ ਰਿਹਾ ਤੀਜਾ ਦਰਵਾਜ਼ਾ ਅਤੇ ਇਸ ਤੋਂ ਬਾਅਦ ਇਹ ਤੀਜਾ ਦਰਵਾਜ਼ਾ ਇੱਧਰ ਪਾਸੇ ਆ ਅਤੇ ਚੌਥਾ ਦਰਵਾਜ਼ਾ ਤੁਹਾਨੂੰ ਦਿਖਾਉਂਦੇ ਆ। ਇਹ ਹੁਣ ਇੱਧਰੋਂ ਆ ਚਾਰ ਦਰਵਾਜ਼ੇ ਦਿਖਾਏ ਗਏ ਆ। ਆਪਾਂ ਤੁਹਾਨੂੰ ਦਿਖਾਵਾਂਗੇ ਗੁਰੂ ਘਰ ਦੇ ਸਾਰੇ ਦਰਸ਼ਨ ਕਰਾ ਦਿੱਤੇ। ਆਪਾਂ ਗਰੀਬ ਸਾਰਾ ਹੀ ਘੁੰਮ ਲਿਆ ਚਾਰ ਦੁਆਰਾ ਅਤੇ ਹੁਣ ਆਪਾਂ ਬਿਲਕੁਲ ਲਾਗੇ ਜਾ ਕੇ ਕਰੋਗੇ ਬਾਜ਼ਾਰ ਅਤੇ ਪਿਛਲੇ ਕਿਉਂ ਵੀ ਤੁਹਾਨੂੰ ਦਿਖਾਉਂਦੇ ਹਾਂ ਅਤੇ ਤੁਸੀਂ ਕਰੋ ਗੁਰੂ ਘਰ।
ਆਪਾਂ ਦਰਬਾਰ ਸਾਹਿਬ ਤੋਂ ਬਾਹਰ ਨਿਕਲਦੇ ਤਾਂ ਸਾਹਮਣੇ ਇੱਕ ਸਰਾਂ ਆ, ਇਹ ਸਰਾਂ ਤੁਹਾਨੂੰ ਮਿਲ ਜਾਂਦੀ ਆ ਅਤੇ ਆਪਾਂ ਦੇਖਾਂਗੇ ਕਿੰਨੇ ਦੀ ਆ। ਜਿੱਦਾਂ ਬੜੀ ਹੋਈ ਸਾਨੂੰ 100 ਰੁਪਈਏ 200 ਰੁਪਏ 'ਚ ਮਿਲਦੀ ਹੋਈ ਆ, ਤਾਂ ਆਪਾਂ ਸਾਰੇ ਦੱਸਦੇ ਜਾ ਕਰਦਾ ਵੀ ਕਿੰਨੇ ਦੀ ਨਹੀਂ ਹੈ ਹੈਗੀ ਆ ਸਰਾਂ। ਇਹ ਉਹ ਸਰਾਂ ਆ ਅਤੇ ਚੱਲਦੇ ਹਾਂ ਆਪਾਂ ਜੇ ਸਰਾਂ ਦੇ ਅੰਦਰ ਬਿਲਕੁਲ ਦੱਸਦੇ ਹਾਂ ਕਿੰਨੀ ਦੀ ਆ। ਆਪਣਾ ਕਮਰੇ ਦਾ ਨੰਬਰ ਹੈਗਾ 47, ਜੋ ਕਿ ਇਹ 200 ਰੁਪਈਏ ਵਿੱਚ ਮਿਲਦਾ ਅਤੇ 100 ਰੁਪਈਏ ਤੁਹਾਨੂੰ ਸਵੇਰੇ ਵਾਪਸ ਦੇ ਦਿੰਦੇ ਆ। ਆਪਾਂ ਤੁਹਾਨੂੰ ਪੂਰੀ ਰਸੀਦ ਵੀ ਦਿਖਾਵਾਂਗੇ ਅਤੇ ਪਹਿਲਾਂ ਖੋਲ੍ਹਾਂ ਕਮਰੇ ਜਾਂਦਾ। ਇਹ ਆਪਣਾ ਕਮਰਾ 47 ਨੰਬਰ ਜੀ। ਇਹ ਕਮਰਾ ਤੁਸੀਂ ਦੇਖ ਸਕਦੇ ਹੋ, ਇੱਧਰ ਲੱਗੇ ਆ 5 ਮੰਜੇ ਅਤੇ ਇਸ ਤਰ੍ਹਾਂ ਦਾ ਕਮਰਾ ਹੁੰਦਾ ਆ। ਇਸ ਤਰ੍ਹਾਂ ਦੀ ਪਰਚੀ ਕੱਟ ਕੇ ਦਿੰਦੇ ਆ, ਜੋ ਕਿ 200 ਰੁਪਈਆ ਲੈਂਦੇ ਆ ਅਤੇ ਜਦੋਂ ਤੁਸੀਂ ਕਮਰਾ ਛੱਡਣਾ ਤਾਂ ਉਦੋਂ 100 ਰੁਪਏ ਤੁਹਾਨੂੰ ਇਹ ਵਾਪਸ ਕਰ ਦਿੰਦੇ ਆ। ਇਹ ਦੇਖ ਸਕਦੇ ਹੋ